ਜੇਕਰ ਤੁਸੀਂ ਵੀ ਵੇਖਣਾ ਚਾਹੁੰਦੇ ਹੋ ਦੇਸ਼ ਤੇ ਦੁਨੀਆ ਦੀਆਂ ਪੰਜਾਬੀ ਖਬਰਾਂ, ਸਾਡਾ ਚੈਨਲ ਸਬਸਕ੍ਰਾਈਬ ਕਰੋ, ਨਾਲ ਹੀ ਦਬਾਓ ਪਹਿਲਾ ਆਈਕਨ। ਗਾਮਾ ਪਹਿਲਵਾਨ ਤੇ ਆਪਣਾ ਗਾਣਾ ਰਿਲੀਜ਼ ਕਰਨ ਤੋਂ ਪਹਿਲਾਂ ਹੀ ਸੁੱਖਾ ਦਿੱਲੀ ਵਾਲਾ ਇਸ ਜ਼ਿੰਦਗੀ ਨੂੰ ਅਲਵਿਦਾ ਕਹਿ ਗਏ। ਦਰਅਸਲ ਉਹਨਾਂ ਦਾ ਬੀਤੀ ਰਾਤ ਦੇਹਾਂਤ ਹੋ ਗਿਆ ਹੈ। ਦੱਸਿਆ ਜਾ ਰਿਹਾ ਕਿ ਉਹ ਆਪਣੇ ਘਰ ਦੇ ਵਿੱਚ ਇਕੱਲੇ ਸੀ। ਇਸ ਦੌਰਾਨ ਪੈਰ ਫਿਸਲਣ ਦੇ ਨਾਲ ਉਹਨਾਂ ਨੂੰ ਸੱਟ ਲੱਗ ਗਈ, ਜਿਸ ਦੇ ਚਲਦਿਆਂ ਉਹਨਾਂ ਦੀ ਮੌਤ ਹੋ ਗਈ। ਇਹਨਾਂ ਦਿਨਾਂ ਦੇ ਵਿੱਚ ਸੁੱਖਾ ਦਿੱਲੀ ਵਾਲਾ ਗਾਮਾ ਪਹਿਲਵਾਨ ਦੇ ਪ੍ਰੋਜੈਕਟ ਤੇ ਕੰਮ ਕਰ ਰਹੇ ਸੀ। ਗਾਮਾ ਪਹਿਲਵਾਨ ਦੀ ਜ਼ਿੰਦਗੀ ਦੇ ਉੱਤੇ ਉਹ ਗੀਤ ਗਾ ਰਹੇ ਸੀ। ਇਸ ਤੋਂ ਇਲਾਵਾ ਉਹਨਾਂ ਨੇ ਬੀਤੇ ਦਿਨੀ ਕਈ ਮਸ਼ਹੂਰ ਗਾਣਿਆਂ ਨੂੰ ਵੀ ਸ਼ੂਟ ਕੀਤਾ ਸੀ, ਜਿਨ੍ਹਾਂ ਦੇ ਵਿੱਚ ਰਾਖੀ ਸਾਵੰਤ ਦੇ ਨਾਲ ਉਹਨਾਂ ਦਾ ਇੱਕ ਗੀਤ ਕੁਝ ਸਮਾਂ ਪਹਿਲਾਂ ਹੀ ਆਇਆ ਸੀ। ਇਸ ਤੋਂ ਇਲਾਵਾ ਉਹ ਪਹਿਲਾਂ ਵੀ ਕਈ ਗੀਤ ਗਾ ਚੁੱਕੇ ਨੇ, ਜਿਨ੍ਹਾਂ ਵਿੱਚ ਜੁੱਤੀ ਚਾੜ ਕੇ ਚੜੀ ਮੁਟਿਆਰੇ, ਗੱਡੀ ਹੈ ਸ਼ੁਕੀਨ ਜੱਟ ਦੀ ਵਰਗੇ ਗੀਤ ਸ਼ਾਮਲ ਨੇ। ਸੁੱਖਾ ਦਿੱਲੀ ਵਾਲਿਆਂ ਦੀ ਮੌਤ ਦੀ ਖਬਰ ਦੇ ਨਾਲ ਬੋਲੀਵੁੱਡ ਦੇ ਵਿੱਚ ਸ਼ੋਕ ਦੀ ਲਹਿਰ ਹੈ। ਸੁੱਖਾ ਦਿੱਲੀ ਵਾਲਾ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਲ ਜੁੜੇ ਸਨ ਤੇ ਉਹਨਾਂ ਨੇ ਆਪਣੀ ਜ਼ਿੰਦਗੀ 'ਚ ਕਈ ਉਤਾਰ ਚੜਾਵ ਦੇਖੇ। ਦੱਸਿਆ ਜਾ ਰਿਹਾ ਕਿ ਪਿਛਲੇ 3 ਸਾਲ ਤੋਂ ਆਪਣੀ ਪਤਨੀ ਨਾਲ ਅਲੱਗ ਰਹਿ ਰਹੇ ਸੀ। ਜਲੰਧਰ ਦੇ ਗੋਲਡਨ ਐਵਨਿਊ ਦੇ ਵਿੱਚ ਉਹਨਾਂ ਦੀ ਕੋਠੀ 'ਚ ਪੈਰ ਫਿਸਲਣ ਦੇ ਨਾਲ ਸੰਦਿਗਧ ਹਾਲਾਤਾਂ 'ਚ ਉਹਨਾਂ ਦੀ ਮੌਤ ਹੋ ਗਈ। ਕਰਜ਼ਾ ਮੁਕਤੀ ਗੁਪਤ ਖਜ਼ਾਨਾ ਗਰੰਟੀ ਨਾਲ ਬਾਬਾ ਅਮਰਦੀਪ ਸਿੰਘ 84270 3347।